ਵਿਜੀਲੈਂਸ ਬਿਊਰੋ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਾਵਰਕੌਮ ਦੇ ਇੱਕ SDO ਨੂੰ ਰਿਸ਼ਵਤ ਲੈਣ ਦੇ ਰੰਗੇ ਹੱਥੀਂ ਕਾਬੂ ਕਰਨ ਦੀ ਖਬਰ ਪ੍ਰਾਪਤ ਹੋਈ ਹੈ। SSP ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਕੋਲ ਇਸ ਬਾਰੇ ਹਰਜਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ, ਜਿਸ ਨੇ ਆਪਣੀ ਪਤਨੀ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਕੁਨੈਕਸ਼ਨ ਲਈ ਅਰਜ਼ੀ ਦਿੱਤੀ ਹੋਈ ਸੀ। ਪਾਵਰਕੌਮ ਦੇ SDO ਰਾਮ ਲਾਲ ਕਲੇਰ ਇਸ ਕੰਮ ਲਈ ਕਾਫ਼ੀ ਦੇਰ ਤੋਂ ਟਾਲ ਮਟੋਲ ਕਰ ਰਿਹਾ ਸੀ। ਆਪਣੇ ਕੰਮ ਲਈ ਹਰਜਿੰਦਰ ਸਿੰਘ ਦੁਬਾਰਾ ਪਾਵਰਕੌਮ ਦਫ਼ਤਰ ਗਿਆ ਤਾਂ SDO ਨੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਇੱਕ ਟੀਮ ਦਾ ਗਠਨ ਕਰਕੇ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ 50,000 ਰੁਪਏ ਰਿਸ਼ਵਤ ਲੈਂਦਾ SDO ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਹਰਜਿੰਦਰ ਸਿੰਘ ਵਾਸੀ ਭਾਟਾ ਕਲਾਂ ਥਾਣਾ ਰਾਮ ਨੇ ਅੱਜ ਮੇਰੇ ਆਫਿਸ ਆ ਕੇ ਦੱਸਿਆ ਕਿ ਉਹਨੇ ਆਪਣੀ ਮਿਸਿਜ ਦੇ ਨਾਂ 'ਤੇ ਕਨੈਕਸ਼ਨ ਅਪਲਾਈ ਕੀਤਾ ਬਿਜਲੀ ਬੋਰਡ ਦਾ, ਅਤੇ ਉੱਥੇ ਜਿਹੜੇ ਤੈਨਾਤ ਨੇ AEE SDO ਬਿਜਲੀ ਬੋਰਡ, ਉਹਨਾਂ ਨੇ ਤਖਮੀਨਾ ਪਾਸ ਕਰਾ ਲਿਆ ਇਹਦਾ, ਯਾਨੀ ਕਿ ਐਸਟੀਮੇਟ ਉਹਦਾ ਲਗਵਾ ਲਿਆ। ਐਸਟੀਮੇਟ ਜਿਹੜਾ ਉਹ 98,000 ਦਾ ਲੱਗਾ, ਪਰ ਉਹ ਜਿਹੜਾ SDO ਆ 98,000 ਤੋਂ ਇਲਾਵਾ 50,000 ਰੁਪਇਆ ਜਿਹੜਾ ਨਾ ਬਤੌਰ ਰਿਸ਼ਵਤ ਉਹਨੂੰ ਮੰਗ ਰਿਹਾ, ਉਹ ਇਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ। ਜਿਹਦੇ ਸਾਰੀ ਗੱਲ ਸੁਣ ਕੇ ਅਸੀਂ ਸਰਕਾਰੀ ਜਿਹੜੇ ਗਵਾਹ ਨੇ ਉਹਨਾਂ ਨੂੰ ਅਪੁਆਇੰਟ ਕਰਾ ਕੇ ਮਦਈ ਅਤੇ ਸ਼ੈਡੋ ਨੂੰ ਨਾਲ ਲੈ ਕੇ, ਜਿਹੜੇ ਮਦਈ ਨੇ 50,000 ਰੁਪਇਆ 25-25 ਦੇ 2,000 ਦੇ 25 ਨੋਟ ਜਿਹੜੇ ਆ ਉਹ ਦਿੱਤੇ, ਜਿੰਨਾ ਅਸੀਂ ਜਿਹੜਾ ਨਾ ਜ਼ਾਬਤੇ ਅਨੁਸਾਰ ਉਹਨੂੰ ਕਬਜ਼ੇ 'ਚ ਲੈ ਕੇ ਅਤੇ ਉਹਨੂੰ ਉੱਥੇ ਰੇਡ ਕੀਤਾ। ਇਹ ਜਿਹੜੀ ਰਿਕਵਰੀ ਹੈ ਮੁਲਜ਼ਮ ਦੀ ਜੇਬ ਦੇ ਵਿੱਚੋਂ ਹੋਈ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ Section 7(13)(2) PC Act 1988 ਦੇ ਤਹਿਤ ਜਿਹੜਾ ਕਾਰਵਾਈ। ਸਪੋਕਸਮੈਨ TV ਦੇ ਲਈ ਨਵਾਂਸ਼ਹਿਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ।